ਮੇਰੇ ਪਿਆਰਿਓ, ਯਿਸੂ ਦੇ ਨਾਮ ਵਿੱਚ ਸਵਾਗਤ ਕਰਦਾ ਹਾਂ। ਅਸੀਂ ਇਸ ਮਹੀਨੇ ਦੇ ਆਖਰੀ ਦਿਨ ਵਿੱਚ ਪਹੁੰਚ ਗਏ ਹਾਂ। ਇੰਝ ਲੱਗਦਾ ਹੈ ਕਿ ਜਿਵੇਂ ਮਹੀਨਾ ਸ਼ੁਰੂ ਹੀ ਹੋਇਆ ਸੀ, ਪਰ ਅਸੀਂ ਆਖਰੀ ਦਿਨ ਵਿੱਚ ਪਹੁੰਚ ਗਏ ਹਾਂ। ਸੋ ਸਮਾਂ ਬਹੁਤ ਜਲਦੀ ਬੀਤ ਜਾਂਦਾ ਹੈ। ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਪਰਮੇਸ਼ਰ ਦੀ ਆਮਦ ਦੇ ਨੇੜੇ ਪਹੁੰਚ ਗਏ ਹਾਂ, ਇਸ ਲਈ ਦਿਨ ਬਹੁਤ ਜਲਦੀ ਬੀਤਦੇ ਜਾਂਦੇ ਹਨ। ਸੋ ਅਸੀਂ ਪਰਮੇਸ਼ਰ ਦੀ ਆਮਦ ਦੇ ਲਈ ਤਿਆਰ ਰਹਿਣਾ ਹੈ, ਅਤੇ ਪ੍ਰਭੂ ਦੀਆਂ ਬਰਕਤਾਂ ਨੂੰ ਹਰ ਦਿਨ ਅਸੀਂ ਪ੍ਰਾਪਤ ਕਰਦੇ ਹੋਏ ਪ੍ਰਭੂ ਦੀ ਆਮਦ ਲਈ ਆਪਣੇ ਆਪ ਨੂੰ ਤਿਆਰ ਰੱਖਣਾ ਹੈ। ਅੱਜ ਅਸੀਂ ਇੱਕ ਵਚਨ 'ਤੇ ਧਿਆਨ ਦੇਵਾਂਗੇ, ਯਸਾਇਆ ਦੀ ਪੁਸਤਕ 58 ਅਧਿਆਏ ਉਸਦੀ 11 ਆਇਤ। ਯਹੋਵਾ ਤੇਰੀ ਅਗਵਾਈ ਸਦਾ ਕਰਦਾ ਰਹੇਗਾ, ਝੁਲਸਿਆਂ ਥਾਵਾਂ ਵਿੱਚ ਤੈਨੂੰ ਤ੍ਰਿਪਤ ਕਰੇਗਾ। ਬੀਤੇ ਦਿਨਾਂ 'ਤੇ ਜੇ ਤੁਸੀਂ ਵਿਚਾਰ ਕਰੋਗੇ ਤਾਂ ਪਰਮੇਸ਼ਰ ਨੇ ਤੁਹਾਨੂੰ ਸਾਰੀਆਂ ਬਿਪਤਾ ਤੋਂ ਬਚਾਇਆ ਅਤੇ ਤੁਹਾਡੀ ਰਾਖੀ ਕੀਤੀ। ਜਿਵੇਂ ਵਚਨ ਵਿੱਚ ਕਹਿੰਦਾ ਹੈ, ਝੁਲਸਿਆਂ ਥਾਵਾਂ ਵਿੱਚ ਉਹ ਤੁਹਾਨੂੰ ਲਗਾਤਾਰ ਤ੍ਰਿਪਤ ਕਰੇਗਾ। ਸੋ ਜੇਕਰ ਤੁਸੀਂ ਪਿੱਛੇ ਮੁੜ ਕੇ ਵੇਖੋ ਤਾਂ ਸੰਸਾਰ ਵਿੱਚ ਕਿੰਨੀਆਂ ਬਿਪਤਾਂ ਆਈਆਂ, ਪਰ ਫਿਰ ਵੀ ਪ੍ਰਭੂ ਨੇ ਤੁਹਾਨੂੰ ਸੁਰੱਖਿਅਤ ਰੱਖਿਆ ਅਤੇ ਤੁਹਾਨੂੰ ਤ੍ਰਿਪਤ ਵੀ ਕੀਤਾ, ਨਿਰੰਤਰ ਤੁਹਾਡੀ ਅਗਵਾਈ ਕੀਤੀ। ਸੋ ਪਰਮੇਸ਼ਰ ਨੇ ਸਾਨੂੰ ਬਰਕਤ ਦਿੱਤੀ ਹੈ, ਸਾਨੂੰ ਤ੍ਰਿਪਤ ਕਰਨ ਲਈ ਪ੍ਰਭੂ ਸਾਡੀ ਅਗਵਾਈ ਕਰੇਗਾ। ਏਲੀਆ ਦੇ ਸਮੇਂ ਜੇਕਰ ਵੇਖੋ ਤਾਂ ਇੰਨਾ ਵੱਡਾ ਅਕਾਲ ਪਿਆ ਕਿ ਮਹਿਲ ਦੇ ਵਿੱਚ ਵੀ ਖਾਣ ਲਈ ਕੁਝ ਨਹੀਂ ਸੀ, ਪਰ ਸਾਰਪਤ ਦੀ ਉਸ ਵਿਧਵਾ ਦੇ ਘਰ ਵਿੱਚ ਆਟੇ ਅਤੇ ਤੇਲ ਦੀ ਕੋਈ ਕਮੀ ਨਹੀਂ ਹੋਈ। ਵੱਡੇ ਕਾਲ ਦੇ ਸਮੇਂ ਵਿੱਚ ਵੀ ਉਹਨਾਂ ਨੇ ਭਰ ਪੇਟ ਖਾਧਾ। ਉਸੇ ਤਰ੍ਹਾਂ ਪਰਮੇਸ਼ਰ ਤੁਹਾਡੇ ਜੀਵਨ 'ਚ ਵੀ ਬਰਕਤ ਦੇਵੇਗਾ। ਸੋ ਪਰਮੇਸ਼ਰ ਤੁਹਾਡੇ ਜੀਵਨ ਵਿੱਚ ਵੀ ਹਮੇਸ਼ਾ ਇਸੇ ਤਰ੍ਹਾਂ ਕਰੇਗਾ। ਇਸ ਦਾ ਮਤਲਬ ਹੈ ਕਿ ਤੁਹਾਡੇ ਜੀਵਨ 'ਚ ਹੁਣ ਤੋਂ ਬਾਅਦ ਤੁਹਾਨੂੰ ਕਿਸੇ ਚੀਜ਼ ਦੀ, ਕਿਸੇ ਗੱਲ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਵੱਡੇ ਕਾਲ ਦੇ ਸਮੇਂ ਵਿੱਚ ਵੀ ਪਰਮੇਸ਼ਰ ਤੁਹਾਡੇ ਪ੍ਰਾਣ ਨੂੰ ਤ੍ਰਿਪਤ ਕਰੇਗਾ, ਭਰਪੂਰ ਬਰਕਤਾਂ ਦੇ ਨਾਲ ਉਹ ਤੁਹਾਡੀ ਅਗਵਾਈ ਕਰੇਗਾ। ਸੋ ਤੁਸੀਂ ਕਦੇ ਵੀ ਚਿੰਤਾ ਨਹੀਂ ਕਰਨੀ ਹੈ, ਵਿਸ਼ਵਾਸ ਦੇ ਨਾਲ ਪ੍ਰਭੂ 'ਚ ਬਣੇ ਰਹਿਣਾ ਹੈ। ਵਿਸ਼ਵਾਸ ਨਾਲ ਪ੍ਰਾਰਥਨਾ ਕਰਾਂਗੇ। ਹੇ ਪਿਤਾ, ਬੀਤੇ ਦਿਨਾਂ 'ਚ ਤੂੰ ਸਾਨੂੰ ਸਾਰੀਆਂ ਮੁਸੀਬਤਾਂ ਤੋਂ ਬਚਾਇਆ ਹੈ, ਅਕਾਲ ਦੇ ਸਮੇਂ 'ਚ ਵੀ ਤੂੰ ਵੱਡੀਆਂ ਬਰਕਤਾਂ ਦੇ ਨਾਲ ਸਾਡੇ ਜੀਵਨ 'ਚ ਸਾਡੀ ਅਗਵਾਈ ਕੀਤੀ, ਕਮੀਆਂ ਨੂੰ ਦੂਰ ਕੀਤਾ। ਇਸੇ ਤਰ੍ਹਾਂ ਆਉਣ ਵਾਲੇ ਦਿਨਾਂ ਵਿੱਚ ਵੀ ਪ੍ਰਭੂ, ਕਾਲ ਵਿੱਚ ਵੀ ਤੂੰ ਭਰਪੂਰ ਬਰਕਤ ਦੇਵੇਂਗਾ। ਯਿਸੂ ਦੇ ਨਾਮ ਵਿੱਚ ਆਮੀਨ, ਆਮੀਨ।